ਭਾਈ ਮੈਂ ਤਾਂ ਆਪਣਾ ਬੱਚਾ ਬਿਮਾਰ ਸੀਗਾ, ਮੈਨੂੰ ਨਹੀਂ ਪਤਾ ਕੀ ਇਹਨੇ ਬਿੰਦੀ ਨੇ ਇਹਨੇ ਬਿੰਦੀ ਨੂੰ ਮੇਰੀ ਲਾਈਫ ਵਧੀਆ ਚੱਲਦੀ ਹੈ ਭਾਜੀ, ਬਿੰਦੀ ਆ ਗਏ ਵਿੱਚ ਭਾਜੀ ਮੇਰੇ ਮੈਨੂੰ ਇਨਸਾਫ ਚਾਹੀਦਾ, ਬਿੰਦੀ ਧਮਕੀਆਂ ਦਿੰਦਾ ਜੇ ਇਹਨੂੰ ਸਿਵਲ 'ਚ ਲੈ ਗਏ ਅਸੀਂ ਨਰਿੰਦਰ ਗੁਲਾਟੀ ਨੂੰ ਮਾਰ ਦੇਣਾ ਹੈ ਭਾਜੀ। ਇੱਕ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸ਼ਖਸ ਦੇ ਦੋ ਵਿਆਹ ਹੋਏ ਸੀ। ਹਾਲਾਂਕਿ ਪਹਿਲੀ ਪਤਨੀ ਦੇ ਵੱਲੋਂ ਕਿਹਾ ਜਾ ਰਿਹਾ ਕਿ 5000 ਰੁਪਏ ਕਿਸੇ ਤੋਂ ਉਧਾਰ ਲਏ ਗਏ ਸੀ, ਪਰ ਉਸ ਦੇ ਨਾਲ ਸ਼ਖਸ ਦਾ ਤਲਾਕ ਹੋ ਚੁੱਕਾ ਹੈ ਤੇ ਹੁਣ ਜਿਸ ਬੰਦੇ ਨੇ ਪੈਸੇ ਉਧਾਰੇ ਦਿੱਤੇ ਸੀ ਵਿਆਹ ਤੇ ਉਸ ਦੇ ਵੱਲੋਂ ਹੁਣ ਪਤੀ ਤੋਂ ਮੰਗ ਕੀਤੀ ਜਾ ਰਹੀ ਹੈ ਪੈਸਿਆਂ ਦੀ। ਨਾ ਦੇਣ ਦੇ ਉੱਤੇ ਕਿਹਾ ਜਾ ਰਿਹਾ ਕਿ ਉਸਨੂੰ ਪਹਿਲਾਂ ਤਾਂ ਧਮਕੀਆਂ ਦਿੱਤੀਆਂ ਗਈਆਂ, ਫਿਰ ਉਸ ਤੋਂ ਬਾਅਦ ਉਸਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਹੁਣ ਦੂਸਰੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਸ਼ਖਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲੀ ਪਤਨੀ ਦੇ ਵੱਲੋਂ ਲਏ ਹੋਏ ਪੈਸੇ ਨਾ ਦੇਣ 'ਤੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ, ਜਦਕਿ ਪਹਿਲੀ ਪਤਨੀ ਨਾਲ ਪਤੀ ਦਾ ਤਲਾਕ ਵੀ ਹੋ ਚੁੱਕਾ ਹੈ ਅਤੇ ਹੁਣ ਉਸਦਾ ਦੂਸਰਾ ਵਿਆਹ ਹੋਇਆ ਅਤੇ ਹੁਣ ਦੂਸਰੀ ਪਤਨੀ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸਦੇ ਵੱਲੋਂ ਹੁਣ ਪੁਲਿਸ ਨੂੰ ਵੀ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਗਈ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੈਸੇ ਨਾ ਦੇਣ 'ਤੇ ਇੱਕ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਕੁੱਟਮਾਰ ਵੀ ਅਜਿਹੇ ਤਰੀਕੇ ਨਾਲ ਕੀਤੀ ਗਈ ਹੈ ਕਿ ਹਸਪਤਾਲ ਦੇ ਵਿੱਚ ਵੀ ਉਸਦੀ ਹਾਲਤ ਜੋ ਹੈ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। ਤਲਾਕ ਹੋ ਗਿਆ, ਇਹ ਨਸ਼ੇ ਚ ਪੈ ਗਿਆ ਚਿੱਟੇ ਚ, ਠੀਕ ਆ ਭਾਈ। ਇੱਕ ਹੁਣ ਕੰਮ ਤੇ ਜਾ ਨਹੀਂ ਹੁੰਦਾ, ਘਰ ਇਹਦਾ ਇਲਾਜ ਚੱਲਦਾ ਪਿਆ, ਇਹਨੂੰ ਘਰੇ ਮੁੰਡੇ ਭੇਜ ਭੇਜ ਕੇ ਧਮਕੀਆਂ ਦਿੰਦਾ ਹੈ, ਜੇ ਕਹਿੰਦਾ ਜੇ 5000 ਰੁਪਈਆ ਕੌਣ ਧਮਕੀਆਂ ਦਿੰਦਾ, ਪਿੰਦੀ ਧਮਕੀਆਂ ਦਿੰਦਾ ਜੇ 5000 ਕੌਣ ਹੈ ਕੌਣ ਹੈ, ਉਹ MLA ਚ ਖੜਾ ਆ, ਪਤਾ ਨਹੀਂ ਸਰਪੰਚੀ ਚ ਖੜਾ ਆ। ਅੱਛਾ ਜੀ, ਪੱਟੀਆਂ ਦੇ ਕੋਲ, ਪੱਟੀਆਂ ਦੇ ਕੋਲ ਹੀ ਆ। ਅੱਛਾ ਜੀ, ਕਹਿੰਦਾ ਜੇ ਤੂੰ 5000 ਰੁਪਈਆ ਨਹੀਂ ਦਿੱਤਾ, ਵਿਆਜ ਲੱਗਾ ਹੋਇਆ 12-13000 ਰੁਪਈਆ ਬਣਦਾ ਆ, ਜੇ ਨਹੀਂ ਦਿੱਤਾ ਤੇ ਤੈਨੂੰ ਅਸੀਂ ਮਾਰ ਦਾਂਗੇ। ਇਹ ਕੰਮ ਕਿਸ ਚੀਜ਼ ਦਾ ਕਰਦੇ ਨੇ? ਇਹ ਫੈਕਟਰੀ 'ਚ ਭਾਜੀ ਕੰਮ ਕਰਦੇ ਜੀ। ਤੇ ਅੱਜ ਕੀ ਹੋਇਆ ਅੱਜ ਇਹ ਦੱਸੋ। ਅੱਜ ਇਹ ਨਹੀਂ ਪਤਾ ਕੀ ਹੋਇਆ, ਮੈਂ ਅਸੀਂ ਤਾਂ ਘਰੇ ਸੀਗੇ ਭਾਜੀ, ਤੇ ਇਹਨਾਂ ਨੂੰ ਫੋਨ ਆਇਆ, ਇਹਨਾਂ ਨੂੰ ਘਰੇ ਜਿੱਦਾਂ ਬਾਰ ਬਾਰ ਗੇੜੇ ਕੱਢਦਾ ਆ ਬੰਦਾ। ਕਿਸ ਦਾ ਫੋਨ ਆਇਆ? ਪਿੰਦੀ ਭਾਈ ਦਾ ਹੀ ਆਇਆ ਹੁਣ। ਅੱਛਾ, ਉਹ ਜਿਹੜਾ ਸਰਪੰਚ ਹੋਣਾ? ਹਾਂਜੀ, ਮੈਨੂੰ ਇਹਨਾਂ ਨੇ ਦੱਸਿਆ, ਕਹਿੰਦੇ ਫੋਨ ਆਉਂਦਾ ਆ, ਕਹਿੰਦੇ ਫਿਰ ਫੋਨ ਬਲੈਕਮੇਲ ਕਰਦੇ ਆ ਮੈਨੂੰ। ਉਸ ਤੋਂ ਬਾਅਦ ਕਿਸ ਚੀਜ਼ ਨੂੰ ਲੈ ਕੇ ਬਲੈਕਮੇਲ ਕਰਦੇ? ਬਲੈਕਮੇਲ ਇਹ ਕਰਦੇ, ਤੇਰੀ ਪਹਿਲੀ ਘਰ ਵਾਲੀ ਨੇ ਪੈਸੇ ਲਏ ਆ, ਤੂੰ ਪੈਸੇ ਉਹ ਲੈ ਕੇ ਚੱਲ ਗਈ, ਤੂੰ ਦੇ, ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਪੈਸੇ ਕਿਸ ਚੀਜ਼ ਦੇ ਲਏ ਆ। ਫਿਰ ਜਦੋਂ ਇਹ ਘਰੋਂ ਚੱਲ ਗਏ, ਇਹ ਕਹਿੰਦਾ ਮੈਂ ਨਸ਼ੇ 'ਚ ਵੜ ਗਿਆ, ਜਦੋਂ ਮੇਰਾ ਨਸ਼ਾ ਛਡਾ ਦੂੰਗੇ, ਤੁਸੀਂ ਸਰਪੰਚੀ 'ਚ ਵੜੇ ਆ, ਤੁਸੀਂ ਮੇਰਾ ਨਸ਼ਾ ਛਡਾ ਦੂੰਗੇ। ਅੱਛਾ ਜੀ, ਤੇ ਕਹਿੰਦਾ ਮੈਂ ਤੁਹਾਡੇ ਪੈਸੇ ਦੇ ਦੂੰਗਾ। ਅੱਛਾ, ਤੇ ਇਹ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਇਹਨਾਂ ਦੇ ਪਰਿਵਾਰ ਹੋਇਆ ਜੰਮੂ ਦੇ, ਜਿਹੜੇ ਸੱਟ ਵੱਜੀ ਹੋਈ ਹੈ? ਮੈਂ ਭਾਜੀ ਪਿੱਛੇ ਜਦੋਂ ਇਹ ਗਏ ਆ ਨਾ ਗੁੱਸੇ 'ਚ ਗਏ ਆ, ਮੈਂ ਪਿੱਛੇ ਜਿਹੜਾ ਵੀਰ ਸਿੰਘ ਸਰਪੰਚ ਆ ਉਹਨਾਂ ਦਾ ਮੁੰਡਾ ਛੋਟਾ ਲੈ ਕੇ ਮੋਟਰਸਾਈਕਲ ਤੇ ਉਹਨੂੰ ਜਾ ਰਿਹਾ ਸੀਗਾ, ਉਹਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਪਿੱਛੇ ਪਿੰਦੀ ਦੇ ਦਫ਼ਤਰ ਗਈ ਆ। ਅੱਛਾ ਜੀ, ਠੀਕ ਆ ਭਾਜੀ। ਤੇ ਇਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਛੱਡ ਦਿਓ, ਮਤਲਬ ਮੈਂ ਪਿੱਛੇ ਖੜੀ ਸੀ, ਮੈਂ ਲਾਡੀ ਲਾਡੀ ਕਰਦੀ ਸੀਗੀ ਭਾਈ, ਇਹਨੇ ਗੜਾਸਾ ਜ਼ਰੂਰ ਲੈ ਕੇ ਕੋਲ ਗਏ ਆ, ਇਹਨੇ ਡੰਡਾ ਮਾਰਿਆ, ਇੱਥੇ ਆਹ ਚੀਜ਼ ਤੇ ਲੱਗੀ ਆ ਲਾਸ਼। ਅੱਛਾ ਜੀ, ਤੇ ਭਾਜੀ ਇਹਨਾਂ ਨੇ ਮਾਰਿਆ, ਪਰ ਪਿੰਦੀ ਨੇ ਇਹਦੇ ਗੜਾਸਾ ਮਾਰਿਆ, ਇਹਨੂੰ ਕੁੱਟਿਆ ਭਾਜੀ। ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ ਭਾਈ? ਮੇਰਾ
ਹੋ ਗਏ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਕਿੰਨੇ ਬੱਚੇ ਪਹਿਲੀ ਜਨਾਨੀ ਦਾ ਕੀ ਰੋਲ ਸੀਗਾ ਪਹਿਲੀ ਜਨਾਨੀ ਦਾ ਕੁਛ ਨਹੀਂ ਭਾਜੀ ਰਜਾਮੰਦੀ ਨਾਲ ਤਲਾਕ ਹੋਇਆ ਆ ਅੱਛਾ ਜੀ ਤੇ ਮੇਰਾ ਬੱਚਾ ਇੱਕੋ ਹੀ ਆ ਭਾਜੀ ਅੱਛਾ ਮੇਰੀ ਲਾਈਫ ਵਧੀਆ ਚੱਲਦੀ ਆ ਭਾਜੀ ਪਿੰਦੀ ਆ ਗਏ ਵਿੱਚ ਭਾਜੀ ਮੇਰੇ ਮੈਨੂੰ ਸਾਫ ਚਾਹੀਦਾ ਹੈ ਪਿੰਦੀ ਧਮਕੀਆਂ ਦਿੰਦਾ ਹੈ ਜੇ ਇਹਨੂੰ ਸਿਵਲ 'ਚ ਲੈ ਗਏ ਅਸੀਂ ਨਰਿੰਦਰ ਗੁਲਾਟੀ ਨੂੰ ਮਾਰ ਦੇਣਾ ਹੈ ਭਾਜੀ ਉਹ ਪੈਸੇ ਦੇ ਬੋਲਦਾ ਆ ਉਹਦਾ ਜਿਹੜਾ ਸਹੁਰਾ ਹੈ ਨਾ ਐਸ ਓ 'ਚ ਪਤਾ ਨਹੀਂ ਕੀ ਹੈਗਾ ਆ ਭਾਜੀ ਉਹਨਾਂ ਦੇ ਟੱਪਦੇ ਆ ਪੈਸਿਆਂ ਦੇ ਛਲਾਂਗਾ ਮਾਰਦੇ ਆ ਹੋਰ ਕੁਛ ਨਹੀਂ ਆ ਭਾਜੀ ਸੀਰੀਅਸ।